ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਦਾਂ ਹਾਲ ਚਾਲ ਹੈ ਜੀ? ਕੀ ਚੱਲਦੀਆਂ ਨਵੀਆਂ ਤਾਜ਼ੀਆਂ? ਵਾਜੀ ਵਾਜੀ ਤਾਂ ਹੋਲੀਡੇ 'ਤੇ ਆਏ ਹੋਏ ਹਾਂ ਜੀ। ਅਮਰੀਕਾ ਦਾ ਕੁੱਤਾ ਭੌਂਕ ਰਿਹਾ ਕਿਸੇ ਦੇ ਘਰ ਦਾ। ਵਾਜੀ ਵਾਹ, ਐਲੇ ਪਹੁੰਚੇ ਹੋਏ ਹਾਂ ਜੀ। ਗਰਮੀ ਹੈ, ਪੂਰੀ ਧੁੱਪ ਹੈ, ਵੈਦਰ ਦੇਖੋ ਜੀ। ਵਾਜੀ ਵਾਹ, ਪਹਾੜੀ 'ਤੇ ਘਰ ਹੈ। ਆਹ ਇੱਕ ਨਵੀਂ ਆਈਟਮ ਹੈ, ਤੁਹਾਨੂੰ ਦਿਖਾਉਣਾ। ਇਹ ਕਾਰ ਐਸ਼ ਨੇ ਨਵੀਂ ਲਈ ਹੈ ਬਾਈ। ਇਹਦਾ ਪਹਿਲਾਂ ਇਹਦੀ ਖੋਲੀ ਇੰਜਣ ਖੋਲੀ, ਇਹਦਾ ਇੰਜਣ ਇੰਜਣ ਖੋਲੀ ਇੰਜਣ। ਆਹ ਦੇਖਿਓ ਜੀ ਇੰਜਣ ਇਹਦਾ ਖੁੱਲ ਗਿਆ, ਇਹ ਇੰਜਣ ਖੁੱਲ ਗਿਆ। ਲਓ ਜੀ ਚੱਕੋ, ਇੰਜਣ ਦੇਖ ਲਓ। ਇਹਦਾ ਇੰਜਣ ਹੈ ਨਹੀਂ ਗਾ, ਇਹ ਕਾਰ ਆ ਜਿਹੜੀ ਇਹਦੇ ਅੱਗੇ ਵੀ ਡਿੱਗੀ ਆ, ਇਹਦੇ ਪਿੱਛੇ ਵੀ ਡਿੱਗੀ ਆ। ਇਹ ਹੈਗੀ ਹੈ ਬੈਟਰੀ 'ਤੇ ਚੱਲਦੀ ਆਈਟਮ ਕਾਰ ਹੈ, ਪੂਰੀ ਨਵੀਂ ਟੈਕਨੋਲੋਜੀ ਹੈਗੀ ਆ। ਕਹਿੰਦੇ ਹੁਣ ਇੰਡੀਆ 'ਚ ਵੀ ਇੱਦਾਂ ਦੀਆਂ ਕਾਰਾਂ ਚੱਲਿਆ ਕਰਨੀਆਂ। ਮੈਂ ਕਿਹਾ ਸਾਡੇ ਨਾਲ ਚੱਲ ਗਈਆਂ। ਥਾਂ ਥਾਂ 'ਤੇ ਚਾਰਜਰ ਇਹਦੇ ਪਿੱਛੇ ਵੀ ਉਹ ਹੈ ਡਿੱਕੀ, ਅਤੇ ਅੱਗੇ ਵੀ ਡਿੱਕੀ ਹੈ। ਲੈ ਕਾਰ ਦੇਖੋ ਕਿਆ ਟੈਕਨੋਲੋਜੀ ਨਾਲ ਬਣਾ ਦਿੱਤੀ ਹੈ। ਸ਼ਾਬਾਸ਼ੀ, ਲੈ ਐਡੀ ਵੱਡੀ ਇਹਦੀ ਸਕਰੀਨ ਹੈ। ਇਹ ਆਪਣੇ ਆਪ ਹੀ ਚੱਲ ਪੈਂਦੀਆਂ ਨੇ? ਹਾਂਜੀ ਹੈ, ਬਿਲਕੁਲ ਆਟੋ ਪਾਇਲਟ। ਆਟੋ ਪਾਇਲਟ ਹੈ ਜੀ। ਬੰਦਾ ਭਾਵੇਂ ਕਹਿੰਦੇ ਨਾ ਬੈਠੇ ਇਹਦੇ 'ਚ, ਬੰਦਾ ਕਹਿੰਦੇ ਭਾਵੇਂ ਨਾ ਬੈਠੇ ਇਹਦੇ 'ਚ, ਇਹਦੇ 'ਤੇ ਭਰ ਦਿਓ। ਬੰਦਾ ਤਾਂ ਬਹਿਣਾ ਪਊ, ਬੰਦੇ ਨੂੰ ਸੀਟ 'ਤੇ ਬਹਿਣਾ ਪੈਣਾ, ਬੰਦੇ ਨੂੰ ਸੀਟ 'ਤੇ ਬਹਿਣਾ। ਬੰਦਾ ਸੀਟ 'ਤੇ ਬੈਠੇ ਇਹਦੇ ਡਰਾਮਾਬਾਜੀ ਭਰ ਦੇ, ਕਹਾਣੀ ਖਤਮ। ਸਾਰੀਆਂ ਚੀਜ਼ਾਂ ਦੀ ਮਹਾਰਾਜ ਟੈਕਨੋਲੋਜੀ ਉਹ ਦੇਖੋ ਕਿੰਨੀ ਹਾਈ ਫਾਈ ਕਰ ਦਿੱਤੀ ਗਈ ਹੈ। ਇਹ ਬਈ ਹੁਣ ਇਹਦੇ ਕਿੱਥੇ ਕਿੱਥੇ ਕੀ ਕੀ ਚੱਲਦਾ ਤੁਸੀਂ ਕੀ ਵੇਖਣਾ ਜੀ ਦੱਸੋ। ਅਲਾਓ, ਕਾਰ ਦੀ ਫੋਟੋ ਜੀ ਲਾਉਂਦੀ ਸੀ ਜਿਹੜੀ, ਤੁਹਾਡੀ ਫੋਟੋ ਨਹੀਂ? ਨਹੀਂ ਮੇਰੀ ਫੋਟੋ ਨਹੀਂ ਬਾਈ, ਆਹ ਇੰਟਰਨੈਟ ਐਂ ਚੱਲਦਾ ਲੱਗਦਾ ਬਾਈ। ਬੰਦਾ ਇੱਧਰ ਬਿਜ਼ੀ ਹੋ ਜਾਵੇ ਅਤੇ ਉੱਧਰ ਪਟਾਕਾ ਪੈ ਜਾਵੇ, ਬੰਦਾ ਮਤਲਬ ਇੱਧਰ ਬਿਜ਼ੀ ਹੋ ਜਾਵੇ ਐਂ ਦੇਖਣ ਦੇ ਵਿੱਚ, ਅਤੇ ਅੱਗੇ ਧਿਆਨ ਹੀ ਨਾ ਰਹੇ। ਆਟੋ ਪਾਇਲਟ, ਕਮਾਲ ਦੀ ਗੱਲ ਆ ਯਾਰ, ਆਟੋ ਪਾਇਲਟ। ਆਹ ਦੱਬੀਆਂ ਕਾਰ ਜੀ ਆਉਂਦੀ ਸੀ ਫੋਟੋ ਕਾਰ ਦੀ। ਹੈਲੋ ਜੀ, ਲੈ ਆਹ ਕੀ ਆ? ਇਹਨੂੰ ਤੁਸੀਂ ਐਵੇਂ ਕਰੋਗੇ ਤਾਂ ਉੱਥੇ ਲੈ ਐ ਸਾਨੂੰ ਰੂਹ ਖੋਲਦੀ ਹੈ। ਵਾਹ ਜੀ ਵਾਹ, ਇੱਦਾਂ ਹੀ ਖੋਲਦੀ ਹੈ। ਜਲਵਾ ਦੇਖ ਲਓ, ਇਹਦੇ ਤਾਮਾ ਜਾਮਾ ਇੱਦਾਂ ਹੀ ਬਈ। ਟੈਕਨੋਲੋਜੀ ਇੰਨੀ ਫਾਸਟ ਹੋ ਗਈ ਹੈ, ਬੰਦੇ ਨੂੰ ਬੰਦਾ ਵਿਚਾਰਾ ਪਹਿਲਾਂ ਕਾਰ ਚਲਾਉਂਦਾ ਸੀ, ਹੁਣ ਤਾਂ ਨਹੀਂ ਕਿ ਕਾਰਾਂ ਵਾਲਾ ਕੰਮ ਵੀ ਛੁੱਟੀ ਹੈ। ਇਹ ਤਾਂ ਬੁਰਾ ਹਾਲ ਹੋ ਗਿਆ। ਇਹ ਇੰਡੀਆ ਚੱਲੂ ਬਈ ਕਾਰ, ਮੈਨੂੰ ਸਮਝ ਨਹੀਂ ਲੱਗਦੀ ਹੈਗੀ। ਕਹਿੰਦੇ ਇਹਨੂੰ ਚਾਰਜ ਕਰਨਾ ਪੈਂਦਾ, ਕਿੰਨੇ ਕਿਲੋਮੀਟਰ ਚੱਲਦੀ ਹੈ ਇੱਕ ਵਾਰੀ ਚਾਰਜ ਹੋ ਗਏ? 290 ਮੀਲਾਂ, ਮਤਲਬ 400 ਦੇ ਨੇੜੇ ਕਿਲੋਮੀਟਰ ਬਣ ਜਾਣੇ ਨੇ, 450-450। ਬੱਲਾ ਬੱਲਾ ਬੱਲਾ, 450-450 ਕਿਲੋਮੀਟਰ ਇੱਕ ਵਾਰੀ ਚਾਰਜ ਕਰੋ, ਗੇੜੀ ਦੇ ਦਿੰਦੀ ਆ, ਪਰ ਚਾਰਜ ਕਰਨੀ ਪੈਂਦੀ ਆ ਘਰੇ। ਵਾਹ ਜੀ ਵਾਹ। ਹਾਂਜੀ, ਤਰੁਣ ਜੀ ਪੁੱਛਦੇ ਆ, ਕਹਿੰਦੇ ਭਾਅ ਜੀ ਹਾਓ ਮੱਚ ਪ੍ਰਾਈਸ ਫੋਰ ਦਿਸ ਕਾਰ? ਬਾਈ ਜੀ ਇੱਥੇ ਤਾਂ ਬਹੁਤ ਸਸਤੀ ਆ ਇਹ ਅਮਰੀਕਾ ਦੇ ਵਿੱਚ। ਇੰਡੀਆ 'ਚ ਹੋਈ, ਇੰਡੀਆ ਵਾਲਿਆਂ ਨੇ ਤਾਂ ਪਾ ਦੇਣੀਆਂ ਲੁੱਟ, ਕਿਉਂਕਿ ਇੱਥੇ ਜਿਹੜੀ ਵੀ ਕਾਰ ਆ, ਇੱਥੇ ਕਾਰ ਹਰੇਕ ਆਪਾਂ ਨੂੰ ਸਸਤੀ ਮਿਲਦੀ ਹੈ ਅਤੇ ਇੰਡੀਆ 'ਚ ਮਿਲਦੀ ਆ। ਇੱਥੇ ਕਾਰ ਹੈਗੀ ਆ ਇਹ $1,00,000 ਦੀ। $1,00,000 ਦਾ ਮਤਲਬ ਹੋ ਗਿਆ ਜੀ 66-67 ਲੱਖ ਜਾਂ 70 ਲੱਖ ਦੀ ਲਾ ਲਓ। ਇੰਡੀਆ 'ਚ ਕਿੱਥੇ 70 ਲੱਖ ਦੀ ਕਾਰ ਆਉਂਦੀ ਹੈ ਜੀ? ਇੰਡੀਆ 'ਚ ਤਾਂ ਹਰੇਕ ਕਾਰ 2-2 ਕਰੋੜਾਂ ਦੀਆਂ ਕਾਰਾਂ ਨੇ। ਓ ਮਾਈ ਗੋਡ, ਇੰਡੀਆ ਦਾ ਉੱਦਾਂ ਕਹੀ ਜਾਂਦੇ ਆ, ਇੱਦਾਂ ਬੁਰਾ ਹਾਲ ਆ, ਮਹਿੰਗਾਈ ਹੋਈ ਜਾਂਦੀ ਆ, ਕਾਰਾਂ ਵਧੀ ਜਾਂਦੀਆਂ। ਹੈਂ, ਇਹ ਕਾਰ ਇਹ ਅਜੀਬ ਜਿਹੀ ਕਾਰ ਹੈ। ਪਹਿਲਾਂ ਇਹਦੇ ਆਹ ਦੇਖੋ ਤਾਮੇ ਜਾਮੇ ਕਿੱਦਾਂ ਦੇ ਨੇ, ਲਾਈਟਾਂ ਲੂਟਾਂ ਵੀ ਕਿੱਦਾਂ ਦੀਆਂ। ਇਹ ਉੱਦਾਂ ਦੀਆਂ ਯਾਰ ਜਿਹੜੀਆਂ ਇਹ ਫਿਲਮਾਂ 'ਚ ਦੇਖਦੇ ਨੇ, ਏਲੀਅਨ ਵਾਲਾ ਕੋਲ ਹੁੰਦੀਆਂ ਨੇ, ਏਲੀਅਨ ਵਾਲਾ ਕੋਲ, ਏਲੀਅਨ ਵਾਲਾ ਕੋਲ ਕਾਰਾਂ। ਵਾਹ ਜੀ ਵਾਹ ਜੀ ਵਾਹ, ਕਾਰ ਹੈ ਤਾਂ ਵੈਸੇ ਵਧੀਆ, ਪਰ ਵਰਕੇ ਬੱਲੀਆਂ ਦੇਖੀ ਲੈ ਬਾਈ। ਕੁੰਡੇ ਵੀ ਅੰਦਰ ਚਲੇ ਗਏ, ਕੁੰਡੇ ਬਾਈ ਕਿੱਦਾਂ ਨਿਕਲੂ ਬਾਹਰ ਇਹ ਹੁਣ? ਐਹ ਜਲਵਾ ਤਾਂ ਹੈ। ਵਾਹ ਜੀ ਵਾਹ ਜੀ ਵਾਹ, ਕਮਾਲ ਦੀ ਗੱਲ ਆ। ਚਲੋ, ਇਹ ਹਨ ਵਿਦੇਸ਼ੀ ਕਾਰਾਂ ਜਿਨ੍ਹਾਂ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੈ, ਇੰਡੀਆ 'ਚ ਕਾਮਯਾਬ ਨਹੀਂ ਹੋ ਸਕਦੀ ਇਹ ਨਾ। ਆਟੋ ਪਾਇਲਟ ਕੀ ਕਰੂ ਬਾਈ? ਆਟੋ ਪਾਇਲਟ ਨੂੰ ਕਿੱਥੇ ਦਿਖੂਗਾ ਜਦੋਂ ਟਰੱਕ ਵਾਲੇ ਨੇ ਇੱਕਦਮ ਕਰਤੀ ਗੱਡੀ? ਨਹੀਂ ਰੁਕਦੀ, ਰੱਕਦੀ ਕਿੱਥੇ ਬਾਈ? ਉੱਥੇ 500 ਦੀ ਸਪੀਡ ਦੇ ਨਹੀਂ ਨਾਟ ਪਾਸੀਬਲ। ਅੱਛਾ, ਇਹਨੂੰ ਦਿਖੂਗਾ ਵੀ ਅੱਗੇ ਸਿਪਾਹੀ ਨੇ ਇਹਨੂੰ ਹੱਥ ਮਾਰਿਆ ਵਾ ਵੀ ਹੈਲੋ ਰੁਕ ਗੱਡੀ?
ਤੁਸੀਂ ਵੇਖਦੇ ਹੋ ਇੰਡੀਆ 'ਚ? ਹਾਂ ਨਹੀਂ ਦੇਖਦੇ? ਓ ਯਾ ਯਾਰ ਨਹੀਂ, ਮੈਨੂੰ ਬਾਈ ਦੱਸ, ਸਿਪਾਹੀ ਦਿਖੂ ਇਹਨੂੰ, ਸਿਪਾਹੀ ਤੈਨੂੰ ਦਿਖੂ, ਰੈੱਡ ਲਾਈਟ ਦਿਖਦੀ ਇਹਨੂੰ? ਹੋਰ ਸੁਣਾਓ, ਇਹ ਹਿੰਦੁਸਤਾਨ ਵਾਲੇ ਕਿੱਦਾਂ ਹਾਲੇ ਚੱਲ ਰਹੇ ਨੇ, ਅਮਰੀਕਾ ਵਾਲੇ ਕੀ ਚੱਲਦੀ ਆ ਨਵੀਂ ਤਾਜੀ? ਆਸਕਰ ਟਰੈਕ ਆਸਮ ਜਸਕਰਨ ਜੀ ਕਹਿੰਦੇ ਨੀ ਆਜਾ ਤੈਨੂੰ ਗੱਲ ਦੱਸਦਾ, ਉਹ ਦੇਣਾ ਏ ਗਰਮੀ ਤੇਰੀ ਅੱਖ ਨੂੰ, ਜੇ ਬੇਬੀ ਮੇਰਾ ਬਸ ਚੱਲਦਾ ਨੀ, ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ, ਆਸਕਰ ਦਿੰਦਾ ਤੇਰੇ ਲੱਕ ਨੂੰ, ਜੇ ਬੇਬੀ ਮੇਰਾ ਬਸ ਚੱਲਦਾ। ਵਾਰੀ ਵਾਰੀ ਵਾਹ ਯੂਕੇ ਵਾਲੀ ਕਿੱਦਾਂ ਹੋ ਜੀ? ਸ਼ਰੀਫ ਭੱਟੀ ਸਾਹਿਬ ਕਿੱਦਾਂ ਹੋ ਮਹਾਰਾਜ? ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਮਹਾਰਾਜ ਰਾਈਟ ਨਾਓ ਵੀ ਆਰ ਔਨ ਹੋਲੀਡੇ ਮੋਡ, ਅਤੇ ਹੁਣ ਤੁਹਾਨੂੰ ਲਾਈਵ ਵੀਡੀਓ ਦੋ ਚਾਰ ਪਾ ਕੇ ਦਿਖਾਵਾਂਗੇ ਅੱਜ ਵੀ। ਅੱਜ ਆਪਾਂ ਜਾਣਾ ਵਿਹਲੇ ਹਾਂ, ਅੱਜ ਆਪਾਂ ਸ਼ੋਪਿੰਗਾਂ ਕਰਨੀਆਂ ਨੇ, ਅਤੇ ਵੈਸੇ ਤਾਂ ਕੱਲ੍ਹ ਵੀ ਸ਼ੋਪਿੰਗਾਂ ਕੀਤੀਆਂ। ਅਤੇ ਭਾਅ ਜੀ ਤੁਸੀਂ ਤਾਂ ਬੇਇੱਜ਼ਤੀ ਕਰਤੀ ਕਹਿੰਦਾ ਕਾਰ ਦੀ, ਲੈ ਉਹ ਬਾਈ ਕਾਰ ਦੀ, ਹੁਣ ਕਾਰ ਦੇ ਹਾਲਾਤ ਹੀ ਇੱਦਾਂ ਸੀਗੇ ਬਾਈ, ਕੀ ਕਰੀਏ ਜੀ। ਭਾਅ ਜੀ ਲਓ ਜੀ, ਇੰਡੀਆ ਵਾਲਿਆਂ ਦਾ ਤਾਂ ਟਾਈਮ ਹੋ ਗਿਆ ਹੁਣ ਆਵਾਂ ਸੌਣ ਦਾ, ਮੇਰੇ ਖਿਆਲ 'ਚ ਸੌਂ ਕੇ ਹੋਣੇ ਨੇ, ਅਤੇ ਅਮਰੀਕਾ ਵਾਲੇ ਮੇਰੇ ਵੀਰ ਇੱਧਰ ਜਿਹੜੇ ਜਾਗਦੇ ਬੈਠੇ ਨੇ ਉਹੀ ਹੋਣੇ ਨੇ। ਅਤੇ ਅਮਰੀਕਾ ਦਾ ਅਸੀਂ ਟੂਰ ਲੈ ਕੇ ਆ ਰਹੇ ਹਾਂ ਜੀ, ਅਗਸਤ ਦੇ ਵਿੱਚ ਸ਼ੁਰੂ ਹੋਣਾ ਵਾ ਦੇਸੀ ਰੌਕ ਸਟਾਰ ਟੂਰ ਅਗਸਤ ਦੇ ਵਿੱਚ, ਅਤੇ ਸਾਰੇ ਅਮਰੀਕਾ 'ਚ ਸ਼ੋਅ ਨੇ, ਅਤੇ ਕੈਨੇਡਾ ਦੇ ਨੂੰ ਸ਼ੋਅ ਵੀ ਅਨਾਊਂਸ ਕਰ ਰਹੇ ਹਾਂ, ਉਹ ਜਲਦੀ ਕਰਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜੇ ਸਭ ਤੋਂ ਪਹਿਲੇ ਨੰਬਰ 'ਤੇ ਨੇ ਉਹ ਹੈਗਾ ਆਸਟ੍ਰੇਲੀਆ ਵਾਲੇ, ਦੇਸੀ ਰੌਕ ਸਟਾਰ ਟੂਰ ਆਸਟ੍ਰੇਲੀਆ ਨਿਊਜ਼ੀਲੈਂਡ, ਉਹ ਬਸ ਸ਼ੁਰੂ ਆ ਜੀ ਲਾਸਟ ਵੀਕ ਆਫ ਜੁਲਾਈ ਤੋਂ, ਅਤੇ ਖਿੱਚ ਦੇਣੀ ਹੈ ਕਾਰਵਾਈ ਆਪਾਂ। ਅਤੇ ਵਾਰੀ ਵਾਰੀ ਕਿੱਦਾਂ ਜੀ, ਵਟਸਐਪਸ ਅਵਾਰਡਾਂ 'ਚ ਕਿਹੜੀ ਸੀਗੀ ਜੀ? ਅਵਾਰਡਾਂ 'ਚ ਨਹੀਂ ਸੀਗਾ ਜੀ ਮੈਂ, ਅਸੀਂ ਤਾਂ ਇੱਥੇ ਛੁੱਟੀਆਂ 'ਤੇ ਹਾਂ ਜੀ, ਨੋ ਅਵਾਰਡ ਐਟ ਆਲ, ਵੀ ਆਰ ਔਨ ਹੋਲੀਡੇਜ਼। ਸਾਡੇ ਅਵਾਰਡ ਤੁਸੀਂ ਸਾਨੂੰ ਦੇਈ ਤਾਂ ਜਾਂਦੇ ਹੋ, ਹੋਰ ਕਿਹੜੇ ਚਾਹੀਦੇ ਨੇ? ਨਾਲੇ ਹੁਣ ਬੰਦਾ ਕਿੰਨੀਆਂ ਕੁ ਟਰੋਫੀਆਂ ਰੱਖੇ, ਤੁਹਾਡੀ ਟਰੋਫੀ ਤਾਂ ਵਧੀਆ ਕੋਈ ਚੀਜ਼ ਨਹੀਂ ਮਹਾਰਾਜ। ਥੈਂਕ ਯੂ ਜੀ। ਕੈਲਗਰੀ ਵਾਲੇ ਕਿੱਦਾਂ ਹੋ ਜੀ? ਚੱਕ ਦਿਓ ਫੱਟੇ ਜੀ, ਚੱਕ ਦਿਓ ਮਹਾਰਾਜ, ਥੈਂਕ ਯੂ ਜੀ। ਚਲੋ ਜੀ ਓਕੇ, ਮਿਲਦੇ ਹਾਂ ਹੁਣ ਆਪਾਂ ਯੂਰਪ ਵਾਲੇ, ਯੂਰਪ ਆਵਾਂਗੇ, ਲੈਟ ਯੂ ਨੋ ਯੂਰਪ ਕਦੋਂ ਆਉਂਦੇ ਹਾਂ। ਅਤੇ ਫਿਲਹਾਲ ਇੱਥੇ ਫੰਕਸ਼ਨ ਹੋ ਰਿਹਾ ਵਾ, ਉਹ ਸਾਹਮਣੇ ਰੈਸਲਿੰਗਾਂ ਚੱਲ ਰਹੀਆਂ ਨੇ, ਜਵਾਕ ਸਵੇਰੇ ਸਵੇਰੇ ਰੈਸਲਿੰਗ ਦੇਖਣ ਆਉਂਦੇ ਨੇ। ਅਤੇ ਚਲੋ ਜੀ ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ, ਆਪਾਂ ਕਰਦੇ ਹਾਂ ਟੋਕਾਂ, ਓਕੇ।